पंजाब सरकार दे वल्लों नवीं हिदायतां जारी कीतियां गईआं ने, तां उहदे विच इक मिनी लॉकडाउन जिहड़ा कि लगाया गया। तस्वीरां तुहाडे नाल असीं अमृतसर दीआं सांझीआं करांगे ते तुहानूं दिखावांगे कि अमृतसर दे विच किस तरह के हालात ने। तां इस वेले असीं अमृतसर दे हाल गेट दे विच खड़े हां जिथे कि वड्डी गिणती दे विच संगतां इस रास्ते राहीं सचखंड श्री हरिमंदर साहिब नूं जांदीआं ने। तां उहदे विच जिहड़ीआं दुकानां ने उह ज़्यादातर बंद ने ते कुछ दुकानां खुल्लीआं होईआं ने। फिलहाल जिहड़ीआं मोबाइल फोन वालीआं दुकानां ने उह खुल्लियां होईयां ने, तस्वीरां तुहानूं दिखा रहे हैं। तो नाल ही जिहड़े लोग ने इत्थे आ जा रहे ने, तो आवाजाही उस तरह ही चल रही है। फिलहाल पंजाब सरकार दे वल्लों नवीं हिदायतां जारी कीतियां गईआं ने, जिहदे विच लोग अज भी सड़कां ते ने पर दुकानां बंद कर दित्तियां गईआं ने। तुसीं देख सकते हो कि मोबाइल फोन वालीआं जिहड़ीआं दुकानां ने उह खुल्लियां ने, पर उह वेले बैठे हुए ने, कोई भी उहनां दी दुकान दे अंदर नहीं है। तुसीं देख सकते हो कि खाली ही दुकाना ते इक दुकानदार जिहड़ा कि बैठा होया, उहनां नाल गल करांगे। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਹੋ ਜੀ? ਤੁਹਾਡੀ ਦੁਕਾਨ ਖੁੱਲੀ ਆ ਪਰ ਗਾਹਕ ਕੋਈ ਵੀ ਨਹੀਂ ਆ? ਖੁੱਲੀ ਤੇ ਬੰਦ ਇੱਕੋ ਜੀ ਹੋਇਆ, ਗਾਹਕ ਕਿੱਥੇ ਹੈਗਾ ਜੀ? ਬਾਕੀ ਫਿਰ ਵੀ ਬੈਠੇ ਹਾਂ, ਜੇ ਕੋਈ ਆਏਗਾ ਤਾਂ। ਕੀ ਕਹਿਣਾ ਚਾਹੁੰਦੇ ਹੋ? ਬਾਕੀ ਸਾਰੀਆਂ ਦੁਕਾਨਾਂ ਬੰਦ ਨੇ ਜੀ, ਹੁਣ ਇਹ ਤਾਂ ਗੌਰਮੈਂਟ ਦਾ ਹੀ ਆ ਸਾਰਾ, ਜੋ ਵੀ ਸਿਸਟਮ ਜਿਸ ਤਰੀਕੇ ਉਹਨਾਂ ਨੇ ਕਰਨਾ ਕਰਨਗੇ ਹੀ, ਰੋਕਣਾ ਤਾਂ ਹੈ ਨਾ ਵੇਵ ਨੂੰ, ਜੋ ਜ਼ਰੂਰੀ ਹੈ ਗੌਰਮੈਂਟ ਨੇ ਗਾਈਡਲਾਈਨ ਦਿੱਤੀਆਂ ਫੋਲੋ ਕਰਨੀਆਂ ਹੀ ਪੈਣੀਆਂ। ਤੁਸੀਂ ਸਮਝਦੇ ਕਿ ਇਸ ਤਰ੍ਹਾਂ ਜਿਹੜਾ ਕਰੋਨਾ ਹੈ ਉਹ ਖਤਮ ਹੋ ਜਾਵੇਗਾ? ਕਰੋਨਾ ਖਤਮ ਤਾਂ ਨਹੀਂ ਹੋ ਸਕਦਾ ਇਸ ਤਰ੍ਹਾਂ, ਲੇਕਿਨ ਵੇਵ ਤਾਂ ਟੁੱਟੇਗੀ। ਜਿਹੜੀ ਜ਼ਰੂਰੀ ਆ ਗਾਈਡਲਾਈਨ ਗੌਰਮੈਂਟ ਨੇ ਕੈਰੀ ਕੀਤੀਆਂ, ਕੋਈ ਸੋਚ ਕੇ ਕੀਤੀਆਂ, ਕੋਈ ਬੇਵਕੂਫ ਤਾਂ ਹੈ ਨਹੀਂ ਗੌਰਮੈਂਟ। ਸੋ ਤੁਸੀਂ ਦੇਖਿਆ ਕਿ ਦੁਕਾਨਦਾਰਾਂ ਵੱਲੋਂ ਸਿੱਧੇ ਤੌਰ 'ਤੇ ਕਿਹਾ ਜਾ ਰਿਹਾ ਕਿ ਸਰਕਾਰ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਸਦੇ ਤੌਰ 'ਤੇ ਹੀ ਉਹ ਚੱਲ ਰਹੇ ਨੇ, ਅਤੇ ਨਾਲ ਹੀ ਦੁਕਾਨਾਂ ਜਿਹੜੀਆਂ ਕਿ ਬੰਦ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਕਿਉਂਕਿ ਇਸ ਰਾਸਤੇ ਉੱਤੇ ਕਾਫੀ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਨੇ ਸਵੇਰ ਤੋਂ ਰਾਤ ਤੱਕ ਇੱਥੇ ਹੁੰਦੇ ਸੀ, ਪਰ ਉਹ ਅੱਜ ਨਹੀਂ ਦਿਖਾਈ ਦੇ ਰਹੇ। ਤਾਂ ਦੁਕਾਨਾਂ ਜਿਹੜੀਆਂ ਮੇਨ ਦੁਕਾਨਾਂ ਨੇ ਉਹ ਖੁੱਲੀਆਂ ਹੋਈਆਂ ਨੇ, ਤਾਂ ਆਵਾਜਾਈ ਉਸੇ ਤਰ੍ਹਾਂ ਹੀ ਚੱਲ ਰਹੀ ਹੈ। ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਫੈਕਟਰੀ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਆਵਾਜਾਈ ਉਸੇ ਤਰ੍ਹਾਂ ਹੀ ਚੱਲ ਰਹੀ ਹੈ। ਫਿਲਹਾਲ ਦੁਕਾਨਾਂ ਬੰਦ ਨੇ। ਸੋ ਅਸੀਂ ਤੁਹਾਨੂੰ ਪਿਛਲੇ ਪਾਸੇ ਵੀ ਤਸਵੀਰਾਂ ਦਿਖਾ ਰਹੇ ਹਾਂ ਹਾਲ ਗੇਟ ਦੀਆਂ, ਜਿੱਥੇ ਕਿ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਲਗਾ ਕੇ ਰਸਤਾ ਬੰਦ ਕਰ ਦਿੱਤਾ ਗਿਆ, ਕਿਸੇ ਨੂੰ ਵੀ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਜਿਹੜੇ ਲੋਕ ਅੰਦਰ ਆ ਰਹੇ ਨੇ ਤਾਂ ਉਹ ਐਮਰਜੈਂਸੀ ਦੇ ਲਈ ਇਸੇ ਰਸਤੇ ਰਾਹੀਂ ਆ ਰਹੇ ਨੇ, ਤਾਂ ਪੁਲਿਸ ਨੂੰ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ। ਫਿਲਹਾਲ ਉਹਨਾਂ ਦੇ ਵੱਲੋਂ ਪੂਰੇ ਤੌਰ 'ਤੇ ਬੈਰੀਕੇਡਿੰਗ ਕਰ ਦਿੱਤੀ ਗਈ ਆ। ਉਹ ਤਸਵੀਰਾਂ ਲਗਾਤਾਰ ਹਾਲ ਗੇਟ ਤੋਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ, ਅਤੇ ਬਾਹਰ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ। ਸੋ ਤੁਸੀਂ ਦੇਖ ਸਕਦੇ ਹੋ ਕਿ ਹਾਲ ਗੇਟ ਦੇ ਬਾਹਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ, ਜਿੱਥੇ ਕਿ ਆਵਾਜਾਈ ਉਸੇ ਹੀ ਤਰ੍ਹਾਂ ਚੱਲ ਰਹੀ ਹੈ। ਤਾਂ ਇਸ ਵੇਲੇ ਅਰੁਣ ਸ਼ਰਮਾ ਜੀ ਸਾਡੇ ਨਾਲ ਨੇ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਹੋ? ਕੀ ਨਵੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਜੀ ਤੁਹਾਨੂੰ? ਪੰਜਾਬ ਗੌਰਮੈਂਟ ਤੋਂ ਕੋਵਿਡ-19 ਨੂੰ ਲੈ ਕੇ ਜਾਰੀ ਹੋਈਆਂ ਹਦਾਇਤਾਂ, ਜਿਹੜੇ 3 ਤਰੀਕ ਤੋਂ ਲੈ ਕੇ 15 ਤਰੀਕ ਤੱਕ ਲੋਕਡਾਊਨ ਕਰਫਿਊ ਦੇ ਆਰਡਰ ਦਿੱਤੇ ਗਏ ਹਨ। ਇਸ ਵਿੱਚ ਆਮ ਦੁਕਾਨਾਂ ਜਿਹੜੀਆਂ ਬੰਦ ਰਹਿਣਗੀਆਂ, ਦੁੱਧ ਦਹੀਂ ਵਾਲੀਆਂ ਦੁਕਾਨਾਂ ਜਿਸ ਤਰ੍ਹਾਂ ਹੋਈਆਂ, ਜਿਸ ਤਰ੍ਹਾਂ ਮੈਡੀਸਨ ਵਾਲੇ ਹੋਏ, ਮੋਬਾਈਲ ਰਿਪੇਅਰ ਵਾਲੇ ਹੋਏ, ਇਹ ਕੁਝ ਦੁਕਾਨਾਂ ਉਹਨਾਂ ਨੂੰ ਛੋੜ ਦਿੱਤੀ ਗਈ ਹੈ। ਸਬਜ਼ੀ ਵੇਚਣ ਵਾਲਿਆਂ ਨੂੰ ਜਿਸ ਤਰ੍ਹਾਂ ਹੋਏ, ਇਹਨਾਂ ਨੂੰ ਛੋੜ ਦਿੱਤੀ ਗਈ ਹੈ। ਬਾਕੀ ਜਿਹੜੀ ਆ ਪ੍ਰੋਪਰ ਜਿਹੜੀ ਆ ਦੁਕਾਨਾਂ ਬੰਦ ਹੋਣ। ਸਰ, ਆਵਾਜਾਈ ਉਸੇ ਤਰ੍ਹਾਂ ਹੀ ਚੱਲ ਰਹੀ ਹੈ ਜੀ? ਆਵਾਜਾਈ ਉਹਨਾਂ ਲੋਕਾਂ ਦੀ ਹੈ ਜਿਸ ਤਰ੍ਹਾਂ ਕੋਈ ਬੈਂਕਾਂ ਖੁੱਲ੍ਹੀਆਂ ਹੋਈਆਂ ਨੇ, ਜਾਂ ਮੈਡੀਸਨ ਦੀ ਸੁਵਿਧਾ ਵਾਸਤੇ ਲੋਕ ਜਾ ਰਹੇ ਨੇ, ਇਹ ਉਹਨਾਂ ਦੀ ਆਵਾਜਾਈ ਹੈ। ਦੂਸਰੀ, ਇੱਕਾ ਦੁੱਕਾ ਕੋਈ ਆਦਮੀ ਨਹੀਂ ਜਾ ਰਿਹਾ, ਅਸੀਂ ਪ੍ਰੋਪਰ ਚੈੱਕ ਕਰਕੇ ਵੀ ਦੇਖਿਆ ਹੋਇਆ। ਸਰ, ਜਿਹੜੀਆਂ ਦੁਕਾਨਾਂ ਖੁੱਲ੍ਹੀਆਂ ਨੇ ਕਿੰਨੇ ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ ਜੀ? ਇਹ ਮੈਡੀਸਨ ਮਾਰਕੀਟ ਦੀ ਅਸੀਂ ਜਿਸ ਤਰ੍ਹਾਂ ਕਿਹੜੀ ਵੀ ਦੁਕਾਨਾਂ ਦੀ ਗੱਲ ਕਰਦੇ ਤੁਸੀਂ? ਮੋਬਾਈਲ ਫੋਨ ਵਾਲੀਆਂ ਜਿਹੜੀਆਂ ਹਾਲ ਗੇਟ ਦੇ ਅੰਦਰ ਦੁਕਾਨਾਂ ਖੁੱਲ੍ਹੀਆਂ ਨੇ, ਬਸ ਇਹ ਪਹਿਲਾਂ ਦਾ ਟਾਈਮ, ਜਿਸ ਤਰ੍ਹਾਂ ਪਹਿਲਾਂ ਟਾਈਮ ਕਹਾ ਸੀ, 6 ਵਜੇ ਤੱਕ ਖੁੱਲ੍ਹ ਰਹਿਣਗੇ, ਫਿਰ ਬੰਦ ਹੋ ਜਾਣਗੇ। ਸੋ ਅਸੀਂ ਅਰੁਣ ਸ਼ਰਮਾ ਜੀ ਨਾਲ ਗੱਲਬਾਤ ਕੀਤੀ ਗਈ, ਇਹਨਾਂ ਸਿੱਧੇ ਤੌਰ 'ਤੇ ਕਹਿਣਾ ਹੈ ਕਿ ਜਿਹੜੀਆਂ ਦੁਕਾਨਾਂ ਨੇ ਉਹ 6 ਵਜੇ ਬੰਦ ਕਰਵਾ ਦਿੱਤੀਆਂ ਜਾਣਗੀਆਂ। ਤਾਂ ਹੋਰ ਵੀ ਅਸੀਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ, ਲੋਕ ਨੇ ਜਿਹੜੇ ਉਹ ਗਰਮੀ ਦੇ ਵਿੱਚ ਬਾਹਰ ਸੜਕ ਦੇ ਉੱਪਰ ਦਿਖਾਈ ਦੇ ਰਹੇ ਨੇ। ਫਿਲਹਾਲ ਉਹਨਾਂ ਦੇ ਉੱਪਰ ਜਿਹੜੇ ਕਿ ਉਹਨਾਂ ਦੇ ਵੱਲੋਂ ਮਾਸਕ ਨੇ ਜਿਹੜੇ ਚਿਹਰੇ ਉਹਦੇ ਉੱਪਰ ਉਹ ਲਗਾਏ ਗਏ ਨੇ, ਪਰ ਆਵਾਜਾਈ ਉਸੇ ਹੀ ਤਰ੍ਹਾਂ ਦਿਖਾਈ ਦੇ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਹਾਲ ਗੇਟ ਦੇ ਬਾਹਰ ਦੀਆਂ ਦਿਖਾ ਰਹੇ ਹਾਂ, ਜਿੱਦਾਂ ਕਿ ਹੁਣ ਕਿ ਅਰੁਣ ਕੁਮਾਰ ਜੀ ਨਾਲ ਗੱਲਬਾਤ ਕੀਤੀ ਗਈ, ਇਹਨਾਂ ਸਿੱਧੇ ਤੌਰ 'ਤੇ ਕਹਿਣਾ ਹੈ ਕਿ ਜਿਹੜੀਆਂ ਮੈਡੀਸਿਨ ਮਾਰਕੀਟ ਜਾਂ ਫਿਰ ਸਬਜ਼ੀ ਦੀਆਂ ਦੁਕਾਨਾਂ ਨੇ ਉਹ ਖੁੱਲ੍ਹੀਆਂ ਰਹਿਣਗੀਆਂ, ਤਾਂ ਲੋਕ ਨੇ ਜਿਹੜੇ ਉਹ ਲਗਾਤਾਰ ਸੜਕਾਂ 'ਤੇ ਦਿਖਾਈ ਦੇ ਰਹੇ ਨੇ। 1 ਮਿੰਟ ਵੀ ਜਿਹੜੀ ਟ੍ਰੈਫਿਕ ਆ ਉਹ ਨਹੀਂ ਰੁਕਦੀ ਹੋਈ ਦਿਖਾਈ ਦੇ ਰਹੀ, ਜਿਹੜੇ ਲੋਕ ਨੇ ਉਹ ਮਾਸਕ ਪਾ ਕੇ ਹੀ ਇਸ ਸੜਕ ਰਾਹੀਂ ਆ ਰਹੇ ਨੇ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹਾਲ ਗੇਟ ਦੇ ਸਾਹਮਣੇ ਜਿਹੜੀਆਂ ਦੁਕਾਨਾਂ ਨੇ ਉਹ ਬੰਦ ਨੇ, ਤਾਂ ਅੱਜ ਠੇਕੇ ਵੀ ਜਿਹੜੇ ਸ਼ਰਾਬ ਦੇ ਖੁੱਲ੍ਹੇ ਹੁੰਦੇ ਸੀ, ਜਿਨ੍ਹਾਂ ਦੇ ਉੱਪਰ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਸੀ ਕਿ ਆਮ ਜਨਤਾ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਜਾਂਦੀਆਂ ਨੇ ਅਤੇ ਜਿਹੜੇ ਸ਼ਰਾਬ ਦੇ ਠੇਕੇ ਨੇ ਉਹ ਬੰਦ ਨਹੀਂ ਹੁੰਦੇ, ਪਰ ਅੱਜ ਸ਼ਰਾਬ ਦੇ ਠੇਕੇ ਵੀ ਬੰਦ ਕਰਵਾ ਦਿੱਤੇ ਗਏ ਨੇ। ਤਾਂ ਤੁਹਾਨੂੰ ਅਸੀਂ ਲਗਾਤਾਰ ਤਸਵੀਰਾਂ
हाल गेट के बाहर दिया दिखा रहा जिथे कि तुम देख सकते हो कि हाल गेट के गेट के बाहर बैरीकेडिंग कर दी गई है। किसी को भी अंदर जाने की इजाजत नहीं दी जा रही। तो जोड़े लोग अंदर जा रहे हैं वह एमरजेंसी के लिए जरा आ रहे हैं, तो पुलिस के वालों उन्होंने भेजा जा रहा। बाकी फिलहाल उन्होंने वालों पक्के तौर पर बंद कर दिया गया। तो ये तस्वीर तुम्हें असी अमृतसर के हाल गेट तो दिखा रहे हैं जिथे कि तुम देख सकते हो कि लगातार ट्रैफिक जी की चालू दिखाई दे रही है। तो लोग गड्डियां दे विच जां फिर आटोआं दे विच बैठे हुए दिखाई दे रहे हैं, तो वह लगातार सड़क के राही जा रहे हैं। तो पुलिस के वालों सीधे तौर पर कहा जा रहा है कि जिहड़ियां दुकानां खोलियां गई ने आवाजाई उसे करके ही आ रही है, क्योंकि जिहड़े लोग ने अपने घरां दे विचों राशन लैण लई जां फिर सब्जियां लैण दे लई निकले हुए ने। तो वह तस्वीर लगातार तुहाडे नाल असीं सानिया कीतियां किस तरह के हालात ने अमृतसर के। तो पल पल की अपडेट तुहानू असीं इसे तरह ही देंदे रहेंगे। तुसीं देखते रहो फैक्ट न्यूज़। गुरप्रीत अमृतसर। हक ते सच दी खबर लई लाइक ते सब्सक्राइब करो पंजाब दा नंबर 1 डिजिटल न्यूज़ चैनल द फैक्ट न्यूज़।